ਉਗਰਾਹਾਂ ਜਥੇਬੰਦੀ ਨੇ ਪੀਐਮ ਮੋਦੀ ਦੇ ਵਿਰੋਧ ਦਾ ਐਲਾਨ ਕੀਤਾ ਏ। ਪੀਐਮ ਮੋਦੀ 23 ਮਈ ਨੂੰ ਪਟਿਆਲਾ ਵਿੱਚ ਰੈਲੀ ਕਰਨਗੇ ਤੇ ਕਿਸਾਨ ਉਸ ਦਿਨ ਪਟਿਆਲਾ ਵਿੱਚ ਵਿਰੋਧ ਵਜੋਂ ਮਾਰਚ ਕਰਨਗੇ। ਬਰਨਾਲਾ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾਂ ਨੇ ਜਾਣਕਾਰੀ ਦਿੱਤੀ ਕਿ ਜ਼ੋਰਦਾਰ ਵਿਰੋਧ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪ੍ਰਨੀਤ ਕੌਰ ਦੇ ਹੱਕ ਵਿੱਚ ਪਟਿਆਲਾ ਦੇ ਵਿੱਚ ਰੈਲੀ ਕਰਨਗੇ ਤੇ ਅਗਲੇ ਦਿਨ 24 ਮਈ ਨੂੰ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਦਿਨੇਸ਼ ਬੱਬੂ ਤੇ ਜਲੰਧਰ ਵਿੱਚ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਵੀ ਰੈਲੀਆਂ ਕਰਨਗੇ। ਇਸ ਲਈ ਸੁਰੱਖਿਆ ਦੇ ਵੀ ਖਾਸ ਇੰਤਜ਼ਾਮ ਕੀਤੇ ਜਾਣਗੇ। ਖਬਰ ਮਿਲੀ ਹੈ ਵੀ 23 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿੱਚ ਆ ਰਹੇ ਨੇ ਪ੍ਰਨੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ। ਉਹਦੇ ਕਰਕੇ ਅਸੀਂ ਅੱਜ ਦੀ ਵਿਸ਼ੇਸ਼ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਸੀਂ ਜਿਹੜਾ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਸੱਦਾ ਦਿੱਤਾ ਹੋਇਆ ਬੀਜੇਪੀ ਦਾ ਵਿਰੋਧ ਕਰੋ, 2021 ਦੇ ਕਿਸਾਨ ਅੰਦੋਲਨ ਦੌਰਾਨ ਜਿਹੜੀਆਂ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਕਰਕੇ, ਅਤੇ 10 ਸਾਲਾਂ ਦੇ ਵਿੱਚ ਬੀਜੇਪੀ ਦੀ ਕਿਸਾਨ ਅਤੇ ਮਜ਼ਦੂਰ ਵਿਰੋਧੀ ਜਾਂ ਛੋਟੇ ਦੁਕਾਨਦਾਰ ਅਤੇ ਛੋਟੇ ਕਾਰੋਬਾਰ ਵਿਰੋਧੀ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱਖੀ ਪਹੁੰਚ, ਉਹਦੇ ਖਿਲਾਫ਼ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਟਿਆਲੇ ਦੇ ਵਿੱਚ। ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਤਿਆਰੀ ਹੈ। ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਹਦੇ ਸੰਬੰਧ 'ਚ ਰੱਖੀ ਸੀ ਅਤੇ ਉਹਦਾ ਜ਼ੋਰਦਾਰ ਤਿਆਰੀਆਂ ਕਿਵੇਂ ਕਿਵੇਂ ਕਰਨੀਆਂ ਨੇ ਸਾਰੀਆਂ, ਉਹ ਅਸੀਂ ਜੋਤਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉੱਥੇ ਲਾਉਣੇ ਆ ਉਹਦੀ ਤਿਆਰੀ 'ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ। ਉਹਦਾ ਕਿੱਥੇ ਕੀ ਹੁੰਦਾ ਉਹ ਮੌਕੇ ਨਾਲ ਅਸੀਂ ਦੇਖੋ। ਹਾਂਜੀ, ਅੱਜ ਦੀ ਘੜੀ ਤਾਂ ਦੇਖੋ ਇਹ ਹੈ ਵੀ ਹੈ ਤਾਂ ਕਾਲ ਇਹ ਸੰਯੁਕਤ ਮੋਰਚੇ ਦੀ ਕਾਲ ਹੈ ਵੀ ਬੀਜੇਪੀ ਦਾ ਵਿਰੋਧ ਕਰੋ, ਮੋਦੀ ਦਾ ਵਿਰੋਧ ਕਰੋ। ਦੂਜੀਆਂ ਜਥੇਬੰਦੀਆਂ ਕੀ ਕਰ ਰਹੀਆਂ ਨੇ, ਜਿਹਦਾ ਉਹਨਾਂ ਨਾਲ ਰਾਬਤਾ ਨਹੀਂ ਹੋਇਆ। ਅਸੀਂ ਆਪਣੀ ਜਥੇਬੰਦੀ ਦੇ ਤੌਰ 'ਤੇ ਆਪਣੇ ਤੌਰ 'ਤੇ ਇਹ ਕਰਾਂਗੇ। ਉਹ ਕੀ ਕਰਦੀਆਂ ਨੇ ਉਹ ਉਹਨਾਂ ਨੇ ਦੇਖਣਾ। ਮੈਨੂੰ ਲੱਗਦਾ ਹੈ ਵੀ ਵਿਰੋਧ ਉਹ ਵੀ ਕਰਨਗੇ, ਉਹਨਾਂ ਦਾ ਕੀ ਤਰੀਕਾ ਹੈ, ਤਰੀਕਾਕਾਰ ਉਹਨਾਂ ਦਾ ਆਪਦਾ ਹੋਊਗਾ, ਪਰ ਸਾਡਾ ਮੰਚ ਵੀ ਵੱਖਰਾ ਹੋਊਗਾ, ਸਾਡਾ ਐਕਸ਼ਨ ਵੀ ਅਸੀਂ ਅੱਡ ਕਰ। ਜਾਣ ਦਾ ਤਾਂ ਸਾਧਨਾਂ 'ਤੇ ਜਾਣਾ ਜੀ, ਬੱਸਾਂ 'ਤੇ ਜਾਵਾਂਗੇ ਅਸੀਂ, ਆਪਦੇ ਵਹੀਕਲਾਂ ਨਾਲ ਹੀ ਜਾਵਾਂਗੇ। ਮਾਰਚ ਕਰਾਂਗੇ ਉੱਧਰ ਨੂੰ ਪਟਿਆਲੇ ਵੱਲ ਨੂੰ, ਕਿੱਥੇ ਰੋਕਦੇ ਨੇ, ਕੀ ਕਰਦੇ ਨੇ, ਉਹਨਾਂ ਦੀ ਹਾਲਤ ਕਿਹੋ ਜਿਹੀ, ਉਹਨਾਂ ਨੂੰ ਕਿਹੋ ਜਿਹੇ ਮਤਲਬ ਆਦੇਸ਼ ਦਿੱਤੇ ਹੋਏ ਨੇ। ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰੀ ਦੀ ਜੋਤ ਹੋਵੇ ਜਾਂ ਅਗਵਾ ਨੂੰ ਗ੍ਰਿਫਤਾਰ ਕਰਨ ਦੀ ਹੋਵੇ, ਉਹਦਾ ਵੀ ਅਸੀਂ ਚੁਕੰਨੇ ਹੋਵਾਂਗੇ ਇਸ ਗੱਲ ਤੋਂ ਵੀ। ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ, ਵਿਰੋਧ ਹੋਊਗਾ ਉਹਦਾ, ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋਊਗਾ। ਜੇ ਪਹਿਲਾਂ ਪ੍ਰਸ਼ਾਸਨ ਨੇ ਜੋ ਬੰਦੋਬਸਤ ਕੀਤਾ, ਪ੍ਰਸ਼ਾਸਨ ਦਾ ਕੰਮ ਹੈ ਉਹਦਾ ਕਰਨਾ, ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ। ਉਹ ਕਿਤੇ ਕੀ ਕਰਦੇ ਨੇ, ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਵੀ ਉਹ ਛਾਪੇਮਾਰੀ ਕਰਦੇ ਨੇ, ਗ੍ਰਿਫਤਾਰੀਆਂ ਕਰਦੇ ਨੇ, ਉਹਦਾ ਅਸੀਂ ਪਹਿਲਾਂ ਤਿਆਰੀ ਹੈ ਸਾਡੀ, ਉਹ ਅਸੀਂ ਪੂਰਾ ਬੰਦੋਬਸਤ ਉਹ ਹੈ, ਅਸੀਂ ਵੀ ਚੌਕਸ ਰਹਾਂਗੇ ਉਹਦੇ ਕਰਕੇ ਵੀ। ਅਤੇ ਜੇ ਪ੍ਰਸ਼ਾਸਨ ਹੋਣ ਦੇਊਗਾ ਤਾਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਅਸੀਂ ਉਹਦੇ ਤਰੀਕੇ ਨਾਲ, ਨਹੀਂ ਆਪਦੇ ਤਰੀਕੇ ਨਾਲ। ਅਸੀਂ ਫਿਲਹਾਲ 23 ਤਰੀਕ ਵਾਲਾ, 23 ਵਾਲਾ ਹੈਗਾ ਕਹਾਂ, ਉਹ 24 ਨੂੰ ਜਲੰਧਰ ਜਾ ਰਹੇ ਨੇ, 24 ਦੇ ਵਿੱਚ ਜਲੰਧਰ ਵਾਲੀ ਜਥੇਬੰਦੀਆਂ ਕੀ ਸੋਚਦੀਆਂ ਨੇ, ਮੇਰੇ ਖਿਆਲ 25 ਦਾ ਗੁਰਦਾਸਪੁਰ ਦਾ, 3 ਦਿਨਾਂ ਦਾ ਪਤਾ ਲੱਗਿਆ ਵੀ ਉਹਨਾਂ ਨੇ 8 ਜਗ੍ਹਾ 'ਤੇ ਹੋਰ 5 ਜਗ੍ਹਾ 'ਤੇ ਹੋਰ ਆਉਣਾ, ਉਹਦੇ ਬਾਰੇ ਜਾਣਕਾਰੀ ਨਹੀਂ ਮਿਲੀ। ਅੱਗੇ ਜਿਹੀ ਜਾਣਕਾਰੀ ਮਿਲਦੀ ਜਾਊਗੀ ਜਿੱਥੇ ਜਿੱਥੇ ਕਿੱਥੇ ਕੀ ਹੁੰਦਾ ਉੱਥੇ ਮੌਕੇ ਨਾਲ ਦੇਖੋ। ਫਿਲਹਾਲ 23 ਤਰੀਕ ਵਾਲਾ। ਪ੍ਰਧਾਨ
ਪਹਿਲਾਂ ਵੀ ਹੋਇਆ ਜਿਹੜਾ ਮਤਲਬ ਪ੍ਰਧਾਨ ਮੰਤਰੀ ਆਏ ਨੇ ਆਪਣੇ ਪਿੱਛੇ ਉਦੋਂ ਮੁੜ ਗਏ ਸੀ, ਉਹ ਤਾਂ ਆਪਦੇ ਕਾਰਨਾਂ ਕਰਕੇ ਮੁੜ ਗਏ ਸੀ, ਪ੍ਰਦਰਸ਼ਨ ਤਾਂ ਉਦੋਂ ਵੀ ਜ਼ੋਰਦਾਰ ਹੋਏ ਨੇ, ਉਦੋਂ ਕੁਛ ਇਸ਼ੂ ਹੋਰ ਸੀਗਾ, ਅਤੇ ਇਹ ਹੁਣ ਹੋਰ ਗੱਲ ਹੈ। ਯਾਨੀ ਹੁਣ ਇਸ ਤਰ੍ਹਾਂ ਦੀ ਉਹ ਬਹਾਨੇਬਾਜ਼ੀ ਕਿ ਅਸੀਂ ਮੈਨੂੰ ਪੰਜਾਬ ਦੇ ਵਿੱਚ ਬੜਾ ਖਤਰਾ ਸੀ, ਤਾਂ ਉਹਨਾਂ ਦੇ ਆਪਦੇ ਕਾਰਨਾਂ ਕਰਕੇ ਇਕੱਠ ਨਹੀਂ ਸੀ ਹੋਇਆ, ਬਰਸਾਤ ਪੈ ਗਈ ਜਾਂ ਉਹਨਾਂ ਤੋਂ ਬੰਦੋਬਸਤ ਨਹੀਂ ਆਇਆ, ਲੋਕ ਨਹੀਂ ਆਏ, ਉਹਨਾਂ ਦੋਨਾਂ ਆਪਦਾ ਕਾਰਨ ਹੋਊ। ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ, ਚੋਣ ਦੇ ਵਿੱਚ ਉਹਦਾ ਆਪਦਾ ਕੰਮ ਚੋਣ ਪ੍ਰਚਾਰ ਕਰਨਾ ਆਉਣਾ, ਲੋਕਾਂ ਕੋਲ ਦੱਸਣ ਦਾ ਉਹਨਾਂ ਦਾ ਜ਼ਰੂਰੀ ਹੱਕ ਉਹ ਆਉਣ, ਅਸੀਂ ਵੀ ਆਪਣੇ ਤਰੀਕੇ ਨਾਲ ਲੋਕਾਂ ਦੱਸਾਂਗੇ ਵੀ ਇਹ ਜਿਹੜੇ ਹੁਣ ਤੁਹਾਡੇ ਕੋਲ ਪਰਚੀਆਂ ਲੈ ਕੇ ਪਾਵਰ ਹਾਸਲ ਕਰਨ ਦੇ ਦੁਬਾਰੇ ਆਏ ਨੇ, 10 ਸਾਲ ਹੋ ਗਏ ਜਿਹਨਾਂ ਨੂੰ ਰਾਜ ਕੇ, 10 ਸਾਲ ਦੇ ਵਿੱਚ ਕੀ ਕਰਦੇ ਰਹੇ ਨੇ, ਅਤੇ ਲੋਕਾਂ ਨਾਲ ਇਹਨਾਂ ਨੇ ਕਿੰਨੀ ਧੁੱਖ ਵਿਸ਼ਵਾਸਘਾਤ ਕੀਤਾ, ਅਤੇ ਕਿਹੜੇ ਕਿਹੜੇ ਕਾਰਪੋਰੇਟ ਨੂੰ ਮੁਨਾਫੇ ਦੇ ਕੇ ਕਿਹੜੇ ਕਿਹੜੇ ਕਿੱਤੇ ਇਹਨਾਂ ਨੇ ਹੁਣ ਤੱਕ ਤਬਾਹ ਕੀਤੇ ਨੇ, ਜਿਹੜਾ ਪ੍ਰਚੂਨ ਖੇਤਰ ਹੈ ਉਹ ਤਬਾਹ ਕੀਤਾ, ਛੋਟੀ ਸਨਅਤ ਤਬਾਹ ਕੀਤੀ ਹੈ, ਸਾਰਾ ਪਬਲਿਕ ਸੈਕਟਰ ਵੇਚ ਕੇ ਕਾਰਪੋਰੇਟਰ ਨੇ ਹੱਥਾਂ 'ਚ ਦਿੱਤਾ। ਅਸੀਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਤੱਕ ਦੇ ਇਹਨਾਂ ਨੇ ਵਰਤਾਰ ਕੇ ਕਾਰਪੋਰੇਟ ਦੇ ਪੱਖ 'ਚ ਭੁਗਤੀਆਂ ਨੇ, ਕਾਰਪੋਰੇਟਾਂ ਦਾ ਮੁਨਾਫਾ ਨੋਟਬੰਦੀ ਕਰਕੇ, GST ਵਗੈਰਾ ਕਰਕੇ, LCA ਲਿਆ ਕੇ, ਅਤੇ ਜਿਹੜੀਆਂ ਵੀ ਇਹਨਾਂ ਨੇ ਹੁਣ ਤੱਕ ਦੀਆਂ ਕਾਰਗੁਜ਼ਾਰੀਆਂ ਲੋਕਾਂ ਦੇ ਸਾਹਮਣੇ ਨੇ, ਲੋਕਾਂ ਨੂੰ ਪਤਾ, ਉਹ ਲੈ ਕੇ ਜਾਵਾਂਗੇ ਅਤੇ ਇਹਨਾਂ ਨੂੰ ਲੰਗੇ ਕਰਾਂਗੇ ਵੀ ਹੁਣ ਇਹ ਇਹਨਾਂ ਨੂੰ ਮੂੰਹ ਨਾ ਲਾਓ, ਅਸੀਂ ਸੱਦਾਂਗੇ। ਦੇਖੋ ਸੰਭੂ ਬਾਰਡਰ ਵਾਲਾ ਉਹਨਾਂ ਸਾਥੀਆਂ ਦਾ, ਇਹ ਤਾਂ ਉਹਦਾ ਜਵਾਬ ਵੀ ਦੇ ਸਕਦੇ ਨੇ, ਉਹਨਾਂ ਕਿੰਨਾ ਚਿਰ ਚਲਾਉਣਾ, ਸਮਾਪਤ ਕਰਨਾ ਕਿ ਨਹੀਂ ਕਰਨਾ ਹੈ ਉਹਨਾਂ ਤੋਂ। ਐਸਕੇਐਮ ਦਾ ਐਲਾਨ ਆਹ ਜਿਹੜਾ ਮੈਂ ਕਹਿ ਰਿਹਾ ਵੀ ਇਹ ਵੀ BJP ਦਾ ਵਿਰੋਧ ਕਰੋ, ਇਹ ਐਸਕੇਐਮ ਦਾ ਐਲਾਨ ਹੈ ਉਹਨਾਂ ਦੀ, ਗੈਰ ਰਾਜਨੀਤਿਕ ਐਸਕੇਐਮ ਦਾ ਕੀ ਹੈ ਉਹਨਾਂ ਦਾ, ਉਹ ਤਾਂ ਸੋਚਣ, ਉਹ ਉਹਨਾਂ ਨੇ ਕੀ ਕਰਨਾ ਹੈ, BJP ਦਾ ਵਿਰੋਧ ਕਰਨਾ, ਕਿਵੇਂ ਕਰਨਾ, ਕਿਵੇਂ ਨਹੀਂ ਕਰਨਾ, ਇਹ ਉਹਨਾਂ ਦਾ ਕੰਮ ਹੈ, ਉਹਨੇ ਬਾਰੇ ਆਪਾਂ ਕੁਛ ਨਹੀਂ ਕਰ ਸਕਦੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।